ਜਸ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸੁਰਖੀਆਂ ਹੋਰ ਵੀ ਸਨ, ਖਬਰਾਂ ਹੋਰ ਵੀ ਸਨ, ਪਰ ਸਮੇਂ ਦੀ ਪਕੜ ਦੇ ਨਾਲ ਸਾਨੂੰ ਤੁਰਨਾ ਪੈਂਦਾ, ਸਮੇਂ ਦੀ ਰਫ਼ਤਾਰ ਦੇ ਨਾਲ ਸਾਨੂੰ ਸਮਝੌਤਾ ਕਰਨਾ ਪੈਂਦਾ। ਜਿਹੜਾ ਮੁੱਖ ਮੁੱਦਾ ਅੱਜ ਦਾ ਅਸੀਂ ਲੈਣ ਦੀ ਕੋਸ਼ਿਸ਼ ਕੀਤੀ ਹੈ, ਉਹ ਭਾਰਤ ਵਾਸੀਆਂ ਲਈ, ਖਾਸ ਕਰਕੇ ਉੱਤਰ ਭਾਰਤ ਦੇ ਲੋਕਾਂ ਲਈ ਵੀ ਬਹੁਤ ਅਹਿਮ ਹੈ ਔਰ ਸਾਡੀ ਹੋਣੀ ਦੇ ਨਾਲ ਜੁੜਿਆ ਹੈ। ਉਹ ਹੈ, ਵੈਸੇ ਤਾਂ ਥੋੜ੍ਹਾ ਜਿਹਾ ਅਜੀਬ ਲੱਗਦਾ ਹੈ, ਪੰਜਾਬ ਦਾ ਜਾਂ ਉੱਤਰੀ ਭਾਰਤ ਦਾ ਹਰਿਆਣਾ, ਪੰਜਾਬ, ਇਹਨਾਂ ਦਾ ਸਮੁੰਦਰੀ ਇਲਾਕੇ ਨਾਲ ਕੀ ਤਲਕ, ਪਰ ਚੌਕੇ ਅੱਜ ਸਾਰੀਆਂ ਹੱਦਾਂ ਟੁੱਟ ਚੁੱਕੀਆਂ ਹਨ। ਆਮ ਖਬਰਾਂ ਦੇ ਵਿੱਚ ਤੁਸੀਂ ਸੁਣਦੇ ਹੋਵੋਗੇ ਕਿ ਸਮੁੰਦਰੀ ਠੱਗ, ਮੈਂ ਲਫਜ਼ ਠੱਗ ਵਰਤ ਰਿਹਾ ਹਾਂ, ਉਸ 'ਤੇ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ। ਜਿਹੜੇ ਪਾਇਰੇਟ ਸਨ, ਸਮੁੰਦਰੀ ਡਾਕੂ, ਜਿਸ ਤਰ੍ਹਾਂ ਸੋਮਾਲੀਆ ਦੇ ਖਾਸ ਸੋਮਾਲੀ ਪਾਇਰੇਟਸ, ਜਿਹੜੇ ਬਾਰ ਬਾਰ ਹਮੇਸ਼ਾ ਕਿਸੇ ਜਹਾਜ਼ਾਂ ਦੇ ਉੱਤੇ ਕਬਜ਼ੇ ਕਰਦੇ ਹਨ, ਉਹਨਾਂ ਨੇ ਭਾਰਤ ਦੇ ਕੁਛ ਜਿਹੜੇ ਸੇਲਰ ਸਨ, ਇਜਿਪਸ਼ੀਅਨ ਇੱਕ ਜਹਾਜ਼ ਸੀ MV ਸੁਏਜ਼, ਉਸ ਦੇ ਵਿੱਚ 22 ਸ਼ਿਪ ਦੇ ਜਿਹੜੇ ਮੁਲਾਜ਼ਮ ਸਨ, ਜਿਹੜੇ ਸੇਲਰ ਸਨ, ਨਾਵਿਕ ਸਨ, ਉਹਨਾਂ ਦੇ ਵਿੱਚ 6 ਹਿੰਦੁਸਤਾਨ ਦੇ ਔਰ 4 ਪਾਕਿਸਤਾਨ ਦੇ ਸਨ। ਪਿਛਲੇ ਸਾਲ ਅਗਸਤ ਦੇ ਵਿੱਚ ਉਸ ਜਹਾਜ਼ ਨੂੰ ਕੈਪਚਰ ਕਰ ਲਿਆ ਉਹਨਾਂ ਸੋਮਾਲੀ ਪਾਇਰੇਟਸ ਨੇ ਔਰ ਉਹਨਾਂ ਦੀ ਰਿਹਾਈ ਲਈ ਕੋਸ਼ਿਸ਼ ਕੀਤੀ ਗਈ, ਪਰ ਜਿਹੜੀ ਇੱਕ ਬੜੀ ਦਿਲਚਸਪੀ ਔਰ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਨੂੰ ਆਜ਼ਾਦ ਕਰਾਉਣ ਦੇ ਵਿੱਚ ਭਾਰਤ ਦਾ ਰੋਲ ਨਹੀਂ ਰਿਹਾ, ਬਲਕਿ ਨਾ ਪੱਖੀ ਰੋਲ ਰਿਹਾ, ਕਿਉਂਕਿ ਉੱਥੇ ਜਿਹੜੀ CTF ਕੰਬਾਈਨ ਟਾਸਕ ਫੋਰਸ ਸੀ, ਉਹ ਅਮਰੀਕਾ ਦੀ ਅਗਵਾਈ ਵਿੱਚ ਸੀ ਔਰ ਭਾਰਤ ਨੇ ਉਸ ਦੇ ਵਿੱਚ ਦਖਲ ਨਹੀਂ ਦਿੱਤਾ। ਪਾਕਿਸਤਾਨ ਦੇ ਮਿਸਟਰ ਬਰਨੀ ਜਿਹੜੇ ਐਕਟਿਵਿਸਟ ਹਨ, ਉਹਨਾਂ ਨੇ ਆਪਣੇ ਤੌਰ ਦੇ ਉੱਤੇ ਕਾਫੀ ਚੰਦੇ ਇਕੱਠੇ ਕੀਤੇ, ਪੈਸਾ ਇਕੱਠਾ ਕੀਤਾ ਔਰ ਉਹਨਾਂ ਦੀ ਰਿਹਾਈ ਦੇ ਲਈ ਕੋਸ਼ਿਸ਼ ਕੀਤੀ। ਭਾਰਤ ਦੇ ਇੱਕ ਰਾਜ ਸਭਾ ਮੈਂਬਰ KD ਸਿੰਘ, ਉਹਨਾਂ ਨੇ ਕੋਸ਼ਿਸ਼ ਕੀਤੀ ਕੁਛ ਪੈਸੇ ਇਕੱਠੇ ਕਰਕੇ ਉਹ ਜਿਹੜੀ ਫਿਰੌਤੀ ਦੀ ਰਕਮ ਜਾਂ ਰੈਂਸਮ ਹੈ ਦਿੱਤੀ ਜਾ ਸਕੇ, ਪਰ ਅਚਾਨਕ ਇੱਕ ਇਲਜ਼ਾਮ ਲੱਗਾ ਕਿ ਉਹਨਾਂ ਨੂੰ ਸਰਕਾਰੀ ਦਬਾਅ ਥੱਲੇ ਉਹ ਵੀ ਪਿੱਛੇ ਹਟ ਗਏ। ਕਿਉਂ ਹਟ ਗਏ, ਇਸ ਦਾ ਕੋਈ ਜਵਾਬ ਨਹੀਂ। ਬਰਨੀ ਸਾਹਿਬ ਦਾ ਕਹਿਣਾ ਹੈ, KD ਸਿੰਘ ਸਾਡੇ ਨਾਲ ਕੰਮ ਕਰ ਰਹੇ ਸੀ ਪਰ ਉਸ ਤੋਂ ਬਾਅਦ ਉਹਨਾਂ ਨੇ ਸਾਡੀ ਫੋਨ ਲੈਣੇ ਵੀ ਬੰਦ ਕਰ ਦਿੱਤੇ, ਫੋਨ ਚੁੱਕਣਾ ਵੀ, ਜਵਾਬ ਦੇਣਾ ਬੰਦ ਕਰ ਦਿੱਤਾ। ਖੈਰ, ਤਸੱਲੀ ਦੀ ਗੱਲ ਹੈ, 15 ਤਾਰੀਖ ਨੂੰ ਉਹ ਜਹਾਜ਼ ਰਿਲੀਜ਼ ਹੋ ਗਿਆ ਔਰ ਉਹ 6 ਜਿਹੜੇ ਭਾਰਤੀ ਹਨ, 4 ਪਾਕਿਸਤਾਨੀ, 6 ਭਾਰਤੀ, ਉਹ ਵਾਪਸ ਉਮੀਦ ਹੈ ਇਸੇ ਮਹੀਨੇ ਦੇਸ਼ ਪਰਤ ਆਉਣਗੇ। ਇਸ ਖਬਰ ਨੂੰ ਸਭ ਤੋਂ ਪਹਿਲੇ ਜੋ ਉਜਾਗਰ ਕੀਤਾ, ਸਾਨੂੰ ਮਾਣ ਹੈ, ਸਰਦਾਰ ਗਜਿੰਦਰ ਸਿੰਘ ਟੈਲੀਗ੍ਰਾਫ ਕਲਕੱਤੇ ਦੇ ਕੋਰਸਪੋਂਡੈਂਟ ਹਨ, ਚੰਡੀਗੜ੍ਹ ਬੇਸਡ, ਉਹਨਾਂ ਨੇ ਇਸ ਖਬਰ ਨੂੰ ਰਿਲੀਜ਼ ਕੀਤਾ ਔਰ ਉਹਨਾਂ ਪਰਿਵਾਰਾਂ ਨੂੰ ਵੀ ਮਿਲੇ, ਰਵਿੰਦਰ ਸਿੰਘ ਦੇ ਪਰਿਵਾਰ ਨੂੰ ਮਿਲੇ, ਉਹਨਾਂ ਦੇ ਨਾਲ ਗੱਲਬਾਤ ਕੀਤੀ। ਉਹ ਬਹੁਤ ਹੀ ਨਾਰਾਜ਼ ਸਨ ਕਿ ਅਸੀਂ ਭਾਰਤੀ ਹੋ ਕੇ ਵੀ ਭਾਰਤ ਨੇ ਸਾਡੀ ਮਦਦ ਨਹੀਂ ਕੀਤੀ। ਗਜਿੰਦਰ ਸਿੰਘ ਜੀ ਸਾਡੇ ਨਾਲ ਲਾਈਨ ਦੇ ਉੱਤੇ ਜੁੜ ਚੁੱਕੇ ਹਨ। ਗਜਿੰਦਰ ਸਿੰਘ ਜੀ, ਇਸ ਜਸ ਪੰਜਾਬੀ TV ਚੈਨਲ ਦੇ ਉੱਤੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਤੁਹਾਡਾ ਬਹੁਤ ਨਿੱਘਾ ਸਵਾਗਤ ਹੈ, ਤੁਹਾਨੂੰ ਜੀ ਆਇਆਂ ਨੂੰ ਔਰ ਸਤਿ ਸ਼੍ਰੀ ਅਕਾਲ। ਗਜਿੰਦਰ ਸਿੰਘ ਜੀ, ਮੈਂ ਤਾਂ ਸਿਰਫ ਥੋੜ੍ਹਾ ਜਿਹਾ ਉਹਦੀ ਜਾਣ ਪਛਾਣ ਜੀ ਦੱਸੀ ਹੈ, ਇਹ ਮਾਮਲਾ ਕੀ ਹੈ, ਬਾਰ ਬਾਰ ਹੁੰਦਾ ਹੈ ਔਰ ਕੀ ਭਾਰਤ ਵੱਲੋਂ ਇਸ ਦੇ ਲਈ, ਕਿਉਂਕਿ ਭਾਰਤੀ ਨੌ ਸੈਨਿਕ, ਭਾਰਤੀ ਜਿਹੜੇ ਨਾਵਿਕ ਹਨ, ਜਹਾਜ਼ ਹਨ, ਔਰ ਉਸ ਖਾੜੀ 'ਚੋਂ ਲੰਘਣਾ ਹੀ ਪੈਂਦਾ ਹੈ, ਤਾਂ ਪੱਕੇ ਤੌਰ ਦੇ ਉੱਤੇ ਭਾਰਤ ਵੱਲੋਂ ਕਿਉਂ ਪ੍ਰਬੰਧ ਨਹੀਂ ਕੀਤਾ ਜਾ ਰਿਹਾ? ਕੀਤਾ ਜਾ ਰਿਹਾ ਕਿ ਨਹੀਂ ਕੀਤਾ ਜਾ ਰਿਹਾ? ਅਗਰ ਨਹੀਂ ਕੀਤਾ ਜਾ ਰਿਹਾ, ਕਿਉਂ ਨਹੀਂ? ਖਾਸ ਕਰਕੇ ਇਸ ਕੇਸ ਦੇ ਰੈਫਰੈਂਸ ਦੇ ਵਿੱਚ ਕੀ ਪੋਜੀਸ਼ਨ ਹੈ ਹੁਣ ਉੱਥੇ ਦੀ, ਉਹਨਾਂ ਜਿਹੜੇ ਸੇਲਰਸ ਹਨ ਉਹਨਾਂ ਦੀ, ਉਹਨਾਂ ਦੇ ਪਰਿਵਾਰਾਂ ਦੀ, ਔਰ ਸਰਕਾਰੀ ਤੌਰ ਦੇ ਉੱਤੇ ਕੀ ਹਾਲਤ ਹੈ?
देखो जी, द फैमिली हैव गॉन थ्रू अ वेरी हैरोइंग टाइम जी, बिकॉज द इंडियन गवर्नमेंट डिस्पाइट हैविंग अ नेवल प्रेजेंस इन द रीजन जी, गल्फ ऑफ एडन इन एंड अराउंड दैट रीजन, दे हैव अ प्रेजेंस देयर जी, बट whether it is a matter of policy of the government not to help in the rescue of Indian sailors who have been abducted by Somali pirates. Ji. This is something which nobody knows. Ji. Even the family members who made a lot of effort to contact the Indian government, Ji. Especially of sailors who were on MV Suez, Ji. They were simply driven from one pillar to the other, mm-hmm. from one secretary to the other. Ji. Had it not been for Mr. Ansar Burney, Ji. I mean, who is already a name in India because he has been instrumental in getting Indian prisoners in Pakistan released. हाँ जी, हाँ जी, बिल्कुल. बर्नी साहब ने काफ़ी काम किया और जान पछाण है उन्हों का ना इस सर्कल में जानिया जाता है कि वो आम लोगों की मदद करते हैं जी. हाँ जी, हाँ जी. आई मीन साडा इन्ना जो पाकिस्तान के नाल जी नो लव लॉस रिलेशनशिप हैगी साडी जी जी विद पाकिस्तान गवर्नमेंट जी. आई मीन डिस्पाइट ऑल दिस जी, इट वाज नॉट ओनली मिस्टर बर्नी जी हु हेल्प्ड अरेंज द 2.1 बिलियन मिलियन डॉलर्स जी दैट वाज गिवन टू द सोमाली पायरेट्स फॉर द रिलीज ऑफ द सिक्स इन इंडिया. अच्छा, इतनी बड़ी रकम दी गई ऑफ द अदर्स आल्सो जी जी जी. इसकी जाने सी गए, देयर वर 21 सेलर्स. अच्छा जी, 6 इंडियन सी गए, 4 पाकिस्तानी सी गए एंड 11 इजिप्शियन सी गए जी जी. सो इट वाज the Egypt, no Egyptian NGO came forward Haanji. to help that release. It took somebody from Pakistan Haanji. to get it done. Mm-hmm. And through the kind offices of the governor of Sindh. Haanji. It was also the governor of Sindh who also helped this thing arrange the ransom money. Ji. But the Indian government, despite having a good presence there. जी हाँ, बिल्कुल. भारती बेड़े उत्थे हैगे है, भारती नौसेना दे उत्थे सारे जहाज हैगे उस इलाके दे नज़दीक, फ्रिगेट्स वगैरह उन्हां दे हैगे है. तो फिर क्यों नहीं एक्शन लिया इन्होंने? या तो एक मैटर ऑफ पॉलिसी हो सकती है गवर्नमेंट दी जी. इट कैन बी अ मैटर ऑफ पॉलिसी कि वी विल नॉट प्रोवाइड रैंसम मनी टू टू दीज पायरेट्स. क्योंकि देखो जदों कंडहार दा होया सी, हां जी, द इंडियन गवर्नमेंट वाज वाज पुट इन अ वेरी एंबैरेसिंग पोजीशन. हम्म, जी. वेदर द बीजेपी वाज इन पावर एट दैट टाइम और सम अदर पार्टी जी कुड हैव बीन एट पावर एट दैट जी, बट द फैक्ट इज दैट दे पेड रैंसम मनी एंड दे आई मीन टुडे इट for the Indian government it is very embarrassing. हाँ जी. And politically this thing. जी. It was also not good politically. हम्म हम्म. नहीं, होने तो सी. There is also one thing. There is one more ship. हाँ जी. In which there are again six this thing Indians. अच्छा. That वो ship का नाम है this thing MV Iceberg. अच्छा. That I am told was hijacked 30 months ago. Achha. Another thing, chalo MV Suez that was hijacked only about they were there only for about 10 months. Mm-hmm. Right. Achha, unhu kinni der ho gayi hai iceberg nu? Okay. Iceberg was hijacked just 2 kilometers. I mean, it was standing just 2 kilometers when these sailors, MV Suez sailors, were released. जी, किन्ने देर है गई हो गई है उन्हों? I think from 2009 some. Okay, अच्छा.
But now what has happened is that the families of all these six sailors, MV Suez, they are now getting together to help secure the release of the sailors on MV Iceberg. And they are writing to different NGOs in Sri Lanka, in Egypt, in Pakistan, in Britain, in the United States. So for help in arranging the ransom money. Gajinder Singh ji, ek cheez badi hairani hai ke oh jede sailors hege hai ਉਹ ਕੋਈ ਇਲੀਗਲ ਨਹੀਂ ਗਏ ਬਕਾਇਦਾ ਗਵਰਨਮੈਂਟ ਦੇ ਇਜਾਜ਼ਤ ਦੇ ਨਾਲ ਗਵਰਨਮੈਂਟ ਦੀ ਨੌਲੇਜ ਦੇ ਵਿੱਚ ਉਹ ਸਾਰਿਆਂ ਨੇ ਅਗਰ ਨੌਕਰੀਆਂ ਲਈਆਂ ਤਾਂ ਕੀ ਭਾਰਤ ਸਰਕਾਰ ਦਾ ਇਖਲਾਕੀ ਕਾਨੂੰਨੀ ਔਰ ਵੈਸੇ ਫਰਜ਼ ਨਹੀਂ ਬਣਦਾ ਕਿ ਆਪਣੇ ਨਾਗਰਿਕਾਂ ਦੀ ਪ੍ਰੋਟੈਕਸ਼ਨ ਕਰੇ ਹਾਲਾਂਕਿ ਜਦੋਂ ਪਾਸਪੋਰਟ ਦੇ ਉੱਤੇ ਲਿਖਿਆ ਵੀ ਹੁੰਦਾ ਹੈ ਕਿ ਭਾਰਤ ਦੇ ਰਾਸ਼ਟਰਪਤੀ ਵੱਲੋਂ ਇਹ ਆਦੇਸ਼ ਦਿੱਤਾ ਜਾਂਦਾ ਹੈ ਕਿ ਇਸ ਪਾਸਪੋਰਟ ਹੋਲਡਰ ਦੀ ਲੋੜ ਪੈਣ 'ਤੇ ਮਦਦ ਕੀਤੀ ਜਾਏ ਕੀ ਫਿਰ ਗਵਰਨਮੈਂਟ ਦਾ ਕਾਨੂੰਨੀ ਫਰਜ਼ ਵੀ ਨਹੀਂ ਹੈਗਾ ਅਗਰ ਇਹ ਨਹੀਂ ਪੂਰਾ ਕਰ ਰਹੇ ਇਸ ਦੇ ਲਈ ਕੋਈ ਐਨ ਜੀ ਓ ਜਾਂ ਕੋਈ ਹੋਰ ਸੁਸਾਇਟੀ ਅੱਗੇ ਨਹੀਂ ਆਈ ਕੋਰਟ ਇੱਥੇ ਦੀਆਂ ਕਾਫੀ ਪ੍ਰੋਐਕਟਿਵ ਹੈ ਹਿੰਦੁਸਤਾਨ ਦੀਆਂ ਅਤੇ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਪੀ ਆਈ ਐਲ ਇਹਦੇ 'ਤੇ ਕੋਈ ਨਹੀਂ ਪਾਈ ਗਈ ਕਿਸੇ ਨੇ ਕੋਈ ਐਕਸ਼ਨ ਨਹੀਂ ਲਿਆ ਈਵਨ ਕਾਰਪੋਰੇਟ ਹਾਊਸਿਸ ਜੀ ਇੰਡੀਆ ਹੈਵ ਦ ਸੇਲਰਸ ਫਲਾਈਟ has not even moved them. NGOs, they may have done it on their own, the thing. But, you know, arranging $2.1 million, you know, is not an easy thing for a small Indian NGO at the moment. Ji. Charity is something which we Indians, ਤੁਸੀਂ ਆਪਣੀ ਰਿਪੋਰਟ ਦੇ ਵਿੱਚ ਇੱਕ ਹੋਰ ਗੱਲ ਲਿਖੀ ਸੀ ਕਿ ਭਾਰਤ ਦੇ ਵਿੱਚ ਵੀ ਕੁਛ ਲੋਕਾਂ ਨੇ ਆਫਰ ਕੀਤੀਆਂ ਕੁਛ ਡੋਨੇਸ਼ਨਸ ਇਕੱਠੀਆਂ ਕਰਨ 'ਤੇ ਪਰ ਪਤਾ ਨਹੀਂ ਕੀ ਹੋਇਆ ਕਿ ਉਹ ਇਕਦਮ ਬੰਦ ਹੋ ਗਈਆਂ ਔਰ ਜਿਹੜੇ ਲੋਕ ਦੇ ਰਹੇ ਸੀ ਡੋਨੇਸ਼ਨਸ ਉਹਨਾਂ ਦੇ ਉੱਤੇ ਵੀ ਕੁਛ ਰੇਡਸ ਵਗੈਰਾ ਹੋਈਆਂ ਜਾਂ ਉਹਨਾਂ ਦੀ ਪੁੱਛਗਿੱਛ ਜੀ ਇਹ ਕੀ ਗੱਲ ਹੋਈ ਹਾਂਜੀ asked Ansar Burney twice to come to Dubai. Haanji. Right. And he apparently told Mr. Burney and the family members of the sailors Ji. that he had arranged the thing for the ransom money and they need not worry. But all of a sudden he backed out. I mean, I spoke to Mr. Burney. And I said, what is it? Gajinder Ji, what do I tell you? They don't even take the phone. ਠੀਕ ਹੈ ਸੋ ਵਾਟ ਵਾਸ ਦ ਰੀਜ਼ਨ ਐਂਡ ਹੀ ਆਲਸੋ ਟੋਲਡ ਸਮ ਫੈਮਿਲੀ ਮੈਂਬਰਸ ਦੈਟ ਦੇਰ ਵਾਸ ਪ੍ਰੈਸ਼ਰ ਫਰਮ ਦ ਗਵਰਨਮੈਂਟ ਇਨ ਯੂ ਨੋ ਬਿਕਾਜ਼ ਦ ਫੈਮਿਲੀ ਮੈਂਬਰਸ ਟੋਲਡ ਮੀ ਦੈਟ ਹੀ ਟੋਲਡ them ਦੈਟ ਯੂ ਨੋ ਦ ਗਵਰਨਮੈਂਟ ਮਾਈਟ ਕੰਡਕਟ ਰੇਟਸ ਯੂ ਨੋ ਔਨ ਹਿਸ ਐਸਟੈਬਲਿਸ਼ਮੈਂਟ ਯੂ ਨੋ ਬਿਕਾਜ਼ ਹੀ ਇਜ਼ ਮੇਡ ਅ ਮੂਵ ਟੂ ਹੈਲਪ ਸਿਕਿਓਰ ਦ ਰਿਲੀਜ਼ ਆਫ ਦੀਸ ਜੀ ਤੇ ਤੁਸੀਂ ਕੇਡੀ ਸਿੰਘ ਨਾਲ ਗੱਲ ਨਹੀਂ ਕੀਤੀ ਹਾਂਜੀ ਤੁਹਾਡੀ ਕੇਡੀ ਸਿੰਘ ਨਾਲ ਆਈ ਟ੍ਰਾਈਡ ਵਨ ਆਈ ਵਾਸ ਡੂਇੰਗ ਆਲ ਦੀ ਸਟੋਰੀਜ਼ ਆਈ ਟ੍ਰਾਈਡ ਕਾਲਿੰਗ ਹਿਮ ਅਪ ਆਈਦਰ ਹਿਸ ਫੋਨ ਯੂਸ ਟੂ ਬੀ ਸਵਿਚਡ ਆਫ ਤੇ ਤੁਸੀਂ ਗਵਰਨਮੈਂਟ ਵਰਜ਼ਨ ਲਿਆ ਹਾਂਜੀ ਗਵਰਨਮੈਂਟ ਦਾ ਕੀ ਵਰਜ਼ਨ ਹੈ ਇਹਦੇ ਤੇ ਤੁਸੀਂ ਕਿਸੇ ਦੀ ਗੱਲ ਗਵਰਨਮੈਂਟ ਇਜ਼ ਸਟਿਲ ਵੈਰੀ ਕੁਆਇਟ ਜੀ No, they refused to answer? Ya unhone jawab hi nahi ditta ya tusi contact nahi the external affairs minister was talking wo the this is in public domain here in the country he was talking about it he said we are trying to do some you know we are trying to release you know secure the release ji fact is that there was an Indian naval ship there INS Godavari haan ji right which
never reached them, even mm-hmm. after their release. Mm-hmm. It was Pakistan naval ship, Babur. Yeah. Ji. The Babur brought them to Karachi. Hanji, Hanji. ਅਤੇ ਅੱਛਾ ਇੱਕ ਗੱਲ ਬੜੀ ਹੈਰਾਨੀ ਹੈ ਕਿ ਉਹਨਾਂ ਨੂੰ ਜਦੋਂ ਰਿਲੀਜ਼ ਕਰ ਦਿੱਤਾ ਗਿਆ ਦੁਬਾਰਾ ਫਿਰ ਉਹਨਾਂ ਨੇ ਉਹਨਾਂ ਦੇ ਉੱਤੇ ਹਮਲਾ ਕੀਤਾ ਉਸ ਸ਼ਿਪ ਦੇ ਉੱਤੇ ਬਲਕਿ ਉਹ ਸੇਲਰਸ ਨੇ ਖੁਦ ਹੀ ਫਿਰ ਆਪਣਾ ਬਚਾਅ ਕੀਤਾ ਉਸ ਵੇਲੇ ਵੀ ਕੋਈ ਕੋਈ ਮਦਦ ਉਹਨਾਂ ਨੂੰ ਨਹੀਂ ਮਿਲੀ ਉਸ ਵਾਰੀ ਕੋਈ ਮਦਦ ਨਹੀਂ ਮਿਲੀ ਜੀ ਇੱਥੇ ਇੰਡੀਅਨ ਗਵਰਨਮੈਂਟ ਐਕਸਟਰਨਲ ਅਫੇਅਰਸ ਮਿਨਿਸਟਰੀ ਕੈਪਟ ਔਨ ਸੇਇੰਗ ਦੈਟ ਕਿ ਵੀ ਆਰ ਸੈਂਡਿੰਗ ਵਨ ਆਫ ਆਰ ਸ਼ਿਪਸ ਇਜ਼ ਦੇਅਰ ਜੀ ਵੀ ਆਰ ਸੈਂਡਿੰਗ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਸੀਗੀ ਇੰਡੀਅਨ ਨੇਵੀ ਹੈਜ਼ ਕੰਡਕਟਡ ਸਮ ਆਪਰੇਸ਼ਨਸ ਇਨ ਦੈਟ ਏਰੀਆ ਦੇ ਹੈਵ ਅਰੈਸਟਡ ਸਮ ਪਾਇਰੇਟਸ ਹੂ ਆਰ ਫੇਸਿੰਗ ਟ੍ਰਾਇਲ ਇਨ ਮੁੰਬਈ ਅੱਛਾ ਨਾਓ ਦਾ ਥਿੰਗ ਇਜ਼ ਦੈਟ ਦੇ ਹੈਵ ਸੇਫ ਸ਼ਿਪਸ ਦੇਅਰ ਫਰੋਮ ਗੈਟਿੰਗ ਹਾਈਜੈਕਡ ਬਟ ਇਨ ਦੋਜ਼ ਸ਼ਿਪਸ ਦੇ ਵਰ ਨੋ ਇੰਡੀਅਨਸ ਮੈਂ ਗਜਿੰਦਰ ਜੀ ਤੁਹਾਡੀ ਬੜੀ ਮਿਹਰਬਾਨੀ ਤੁਸੀਂ ਪਲੀਜ਼ ਹੋਲਡ ਔਨ ਹੋਲਡ ਦ ਲਾਈਨ ਇੱਕ ਸਾਨੂੰ ਛੋਟਾ ਜਿਹਾ ਬ੍ਰੇਕ ਲੈਣਾ ਕਿਉਂਕਿ ਤੁਸੀਂ ਬਹੁਤ ਹੀ ਅਹਿਮ ਜਾਣਕਾਰੀ ਦੇ ਰਹੇ ਹੋ ਅਤੇ ਉਸ ਬ੍ਰੇਕ ਦੇ ਬਾਅਦ ਤੁਹਾਡੇ ਕੋਲੋਂ ਫਾਈਨਲ ਵਰਜ਼ਨ ਲੈ ਕੇ ਅਤੇ ਫਿਰ ਤੁਹਾਡੇ ਕੋਲ ਇਜਾਜ਼ਤ ਲਵਾਂਗੇ ਤੁਸੀਂ ਲਾਈਨ ਦੇ ਉੱਤੇ ਬਣੇ ਰਹਿਣਾ ਇੱਕ ਛੋਟੇ ਜਿਹੇ ਬ੍ਰੇਕ ਦਾ ਸਮਾਂ ਉਹਦੇ ਬਾਅਦ ਅਸੀਂ ਮੁੜ ਹਾਜ਼ਰ ਹੁੰਦੇ ਹਾਂ ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ ਇਸ ਅਹਿਮ ਮੁੱਦੇ ਦੇ ਉੱਤੇ ਜਿੱਥੇ ਭਾਰਤ ਦੇ ਕਾਨੂੰਨੀ ਵਸਨੀਕ ਭਾਰਤ ਦੇ ਨਾਗਰਿਕ ਕਾਨੂੰਨੀ ਤੌਰ ਦੇ ਉੱਤੇ ਆਪਣੇ ਕੰਮਕਾਜ ਲਈ ਆਪਣੇ ਰੁਜ਼ਗਾਰ ਲਈ ਬਕਾਇਦਾ ਨੌਕਰੀ ਕਰਨ ਲਈ ਬਾਹਰ ਗਏ ਹਨ ਸਰਕਾਰ ਦਾ ਇੱਕ ਇਖਲਾਕੀ ਕਾਨੂੰਨੀ ਫਰਜ਼ ਹੈ ਕਿ ਉਹਨਾਂ ਦੀ ਕਾਂਸਟੀਟਿਊਸ਼ਨਲ ਓਬਲੀਗੇਸ਼ਨ ਵੀ ਹੈ ਉਹਨਾਂ ਦੀ ਮਦਦ ਕਰੇ ਜਿੱਥੇ ਵੀ ਉਹ ਜਾਣ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਮਾਮਲੇ ਦੇ ਵਿੱਚ ਜਿੱਥੇ ਤਕਰੀਬਨ 10 ਮਹੀਨੇ ਹੋ ਗਏ ਔਰ ਇੱਕ ਹੋਰ ਜਹਾਜ਼ ਜਿਹਦੇ ਵਿੱਚ ਵੀ ਕਾਫੀ ਭਾਰਤੀ ਸੇਲਰਸ ਹਨ ਜਿਹਨੂੰ ਤਕਰੀਬਨ 2 ਸਾਲ ਹੋ ਗਏ ਔਰ ਉਹਨਾਂ ਦੀ ਕੋਈ ਬਾਤ ਨਹੀਂ ਪੁੱਛ ਰਿਹਾ ਕੋਈ ਗੱਲ ਨਹੀਂ ਕਰ ਰਿਹਾ ਔਰ ਉਸ ਤੋਂ ਵੀ ਵੱਡੀ ਹੈਰਾਨੀ ਕਹੀ ਜਾ ਸਕਦੀ ਹੈ ਕੋਈ ਅਦਾਲਤ ਕੋਈ NGO ਕੋਈ ਸਰਕਾਰ ਜਾਂ ਕੋਈ ਮੀਡੀਆ ਵੀ ਬਿਲਕੁਲ ਇਸ ਦੇ ਉੱਤੇ ਚੁੱਪੀ ਹੈ ਜਿਵੇਂ ਇਸ ਮਾਮਲੇ ਦੇ ਉੱਤੇ ਸਾਰਿਆਂ ਵਿੱਚ ਸਹਿਮਤੀ ਹੈ ਏਕਤਾ ਹੈ ਗਜਿੰਦਰ ਸਿੰਘ ਜੀ ਦੋ ਲਫਜ਼ ਦੋ ਬਹੁਤ ਸਿੰਪਲ ਸਵਾਲ ਹਨ ਕੀ ਇਸ ਸਾਰੇ ਵਰਤਾਰੇ ਨੂੰ ਦੇਖ ਕੇ ਲੱਗਦਾ ਕਹਿ ਸਕਦੇ ਹਾਂ ਕਿ ਕੀ ਸਰਕਾਰ ਐਗਜ਼ਿਸਟ ਕਰ ਰਹੀ ਹੈ ਔਰ ਜੇ ਸਰਕਾਰ ਬਿਲਕੁਲ ਚੁੱਪ ਹੈ ਉਸਦੇ ਪਿੱਛੇ ਕੀ ਕਾਰਨ ਹੈ ਉਸਦੀ ਚੁੱਪੀ ਦਾ ਕੀ ਕਾਰਨ ਹੋ ਸਕਦਾ ਨਹੀਂ ਦੇਖੋ ਜੀ ਇੱਥੇ ਇਟ ਕੈਨ ਬੀ ਅ ਪਾਲਿਸੀ ਡਿਸੀਜਨ ਆਫ ਦੀ ਗਵਰਨਮੈਂਟ ਜੀ ਅਨਡਿਕਲੇਅਰਡ ਪਾਲਿਸੀ ਡਿਸੀਜਨ ਆਫ ਨਾਟ ਟੂ ਗਿਵ ਇਨ ਟੂ ਟੈਰਰਿਸਟ ਔਰ ਪਾਇਰੇਟਸ ਜੀ ਇੱਥੇ ਇਹ ਹੋ ਸਕਦਾ ਹੈ ਜੀ ਐਂਡ ਦ ਸੈਕੰਡ ਇਜ਼ ਦੈਟ ਕਿ ਬਿਕੋਜ਼ ਗਵਰਨਮੈਂਟ ਇੰਨੀ ਜ਼ਿਆਦਾ ਸਕੈਮਸ ਉਹਨਾਂ ਨਾਲ ਫਰੀ ਹੋਈ ਹੈ they are not finding time to do anything ji ji toda matlab jehde ohna de apniyan musibatan de vich kiran karke haan ji 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 te par jehdi oh terrorist ya doojiyan nu ya ransom walyan nu nahi ohna de agge chukkan di gal te samajh aa sakdi hai par government de kol military option ta hai ਨਹੀਂ ਮਿਲਟਰੀ ਆਪਸ਼ਨ ਤਾਂ ਮਿਲਟਰੀ ਨੇਵੀ ਪ੍ਰੈਜੈਂਸ ਹੈਗੀ ਉਸ ਰੀਜਨ ਵਿੱਚ ਹਾਂਜੀ ਇਹ ਤੇ ਮੈਂ ਕਹਿਣਾ ਦੇ ਹੈਵ ਬੀਨ ਦੇ ਹੈਵ ਸੇਵਡ ਸਮ ਮੈਨੀ ਸ਼ਿਪਸ ਫਰੋਮ ਗੈਟਿੰਗ ਹਾਈਜੈਕ ਜੀ ਅਨਫੋਰਚੂਨੇਟਲੀ ਦੋ ਸ਼ਿਪਸ ਨੈਵਰ ਹੈਡ ਐਨੀ ਇੰਡੀਅਨ ਸੇਲਰਸ ਔਨ ਦੇਮ ਗਜਿੰਦਰ ਜੀ ਅਖੀਰਲਾ ਸਵਾਲ ਹੈ ਜਦ ਕਿਸੇ ਨੂੰ ਕੋਈ ਦਿੱਕਤ ਨਹੀਂ ਹੋਈ ਕਿਸੇ ਨੂੰ ਇਸ ਸਾਰੇ ਵਰਤਾਰੇ ਸਾਰੇ ਕਾਂਡ 'ਚ ਨਹੀਂ ਹੋਈ ਤੁਸੀਂ ਇਸ ਨੂੰ ਕਿਉਂ ਚੁੱਕਿਆ ਨਹੀਂ ਜੀ ਮੈਂ ਇਸ ਕੇਸ ਕਰਕੇ ਚੁੱਕਿਆ ਸੀ ਬਿਕੋਜ਼ ਵੈਨ ਆਈ ਸੌ ਦ ਫੈਮਿਲੀ ਜੀ ਵੈਨ ਆਈ ਹਰਡ ਕਿ ਉਹ ਕਿਸ ਮੁਸੀਬਤਾਂ ਨੂੰ ਯੂ ਨੋ ਦੇ ਅੰਡਰਗੋਇੰਗ ਸੱਚ ਅ ਲੋਟ ਆਫ ਪ੍ਰੋਬਲਮ ਜੀ ਆਈ ਆਈ ਫੈਲਟ ਦੈਟ ਕਿ
as a journalist, I should do something instead of just sitting in Chandigarh and waiting for stories to, you know, for people to give me stories. Why should I not create a story on my own self? As a journalist, I thought it was my duty. I put in words in the mouth of one of the sailors' wife. I called her up. I said, listen, I want to write something like this. But the government will not hear unless and until you bring in Sonia Gandhi's name. ਸਾਨੂੰ ਬਹੁਤ ਤਸੱਲੀ ਹੈ, ਖੁਸ਼ੀ ਹੈ ਕਿ ਸਰ ਗਜਿੰਦਰ ਸਿੰਘ, ਜੋ ਕਿ ਮੁੱਢਲੇ ਤੌਰ ਦੇ ਉੱਤੇ ਮੂਲਤਾ ਕਲਕੱਤੇ ਦੇ ਨਿਵਾਸੀ ਹਨ, ਕਲਕੱਤੇ ਵਿੱਚ ਹੀ ਰਹਿ ਰਹੇ ਹਨ, ਉਹਨਾਂ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ। ਪੰਜਾਬੀ ਜਿਵੇਂ ਇੱਥੇ ਦੇ ਵਸਨੀਕਾਂ ਨੂੰ ਵੀ ਦਿੱਕਤ ਆ ਜਾਂਦੀ ਹੈ, ਪਰ ਇਸ ਦੇ ਬਾਵਜੂਦ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਇਸ ਪੰਜਾਬੀ ਚੈਨਲ ਦੇ ਉੱਤੇ ਸਮਾਂ ਦਿੱਤਾ ਹੈ। ਗਜਿੰਦਰ ਜੀ, ਅਖੀਰ ਦੇ ਵਿੱਚ ਜਿਹੜੇ ਬਾਹਰ ਪੰਜਾਬੀ ਰਹਿ ਰਹੇ ਹਨ, ਹਿੰਦੁਸਤਾਨੀ ਰਹਿ ਰਹੇ ਹਨ, ਇਸ ਚੈਨਲ ਦੇ ਰਾਹੀਂ ਤੁਸੀਂ ਕੋਈ ਉਹਨਾਂ ਨੂੰ ਕੋਈ ਸੁਨੇਹਾ, ਕੋਈ ਮੈਸੇਜ ਦੇਣਾ ਚਾਹੁੰਦੇ ਹੋ ਇਸ ਮਾਮਲੇ ਦੇ ਵਿੱਚ ਖਾਸ ਕਰਕੇ? ਇਸ ਮਾਮਲੇ ਵਿੱਚ ਆਈ ਕੈਨ ਓਨਲੀ ਸੇ ਵਨ ਥਿੰਗ ਦੈਟ ਕਿ ਡੋਨਟ ਐਕਸਪੈਕਟ ਐਨੀਥਿੰਗ ਐਟ ਲੀਸਟ ਫੋਰ ਦ ਨੈਕਸਟ ਕਪਲ ਆਫ ਇਅਰਸ। He would have just taken out the four Pakistanis who were in the ship. He would not have bothered about the Indians. ਠੀਕ ਹੈ। ਸੋ ਤੁਹਾਡਾ ਗਜਿੰਦਰ ਸਿੰਘ ਜੀ, ਸਮਾਂ ਦੇਣ ਲਈ ਅਸੀਂ ਜਸ ਪੰਜਾਬੀ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਉਮੀਦ ਹੈ ਤੁਸੀਂ ਇਹ ਇਸ ਨੂੰ ਜਾਰੀ ਰੱਖੋਗੇ, ਔਰ ਅੱਗੋਂ ਵੀ ਜਿਹੜੇ ਵੀ ਕੋਈ ਖਾਸ ਅਗਰ ਹੋਏ ਤੁਸੀਂ ਸਾਡੇ ਨਾਲ ਜ਼ਰੂਰ ਰਾਬਤਾ ਰੱਖੋਗੇ ਔਰ ਵਿਚਾਰ ਸਾਂਝੇ ਕਰੋਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਥੈਂਕ ਯੂ ਵੈਰੀ ਮਚ। ਸ਼ੁਕਰੀਆ। ਸੋ ਦਰਸ਼ਕੋ, ਇਹ ਸਨ ਸਰ ਗਜਿੰਦਰ ਸਿੰਘ, ਕਲਕੱਤੇ ਦੇ ਟੈਲੀਗ੍ਰਾਫ ਦੇ ਕੋਰਸਪੋਂਡੈਂਟ, ਜਿਨ੍ਹਾਂ ਨੇ ਚੰਡੀਗੜ੍ਹ ਬੇਸਡ ਹਨ, ਪਰ ਉਹਨਾਂ ਨੇ ਇਸ ਮਾਮਲੇ ਨੂੰ ਆਪਣੇ ਹੱਥ ਵਿੱਚ ਲੈ ਕੇ ਔਰ ਇਸ ਖਬਰ ਨੂੰ ਉਜਾਗਰ ਕੀਤਾ। ਉਸ ਤੋਂ ਬਾਅਦ ਭਾਰਤ ਦੇ ਮੀਡੀਆ ਨੇ ਇਸ ਗੱਲ ਨੂੰ ਚੁੱਕਿਆ, ਔਰ ਜਿਸ ਤਰੀਕੇ ਦੇ ਨਾਲ ਅਨਸਾਰ ਬਰਨੀ ਨੇ ਇਹਦੇ ਵਿੱਚ ਕੰਮ ਕੀਤਾ, ਉਹ ਇੱਕ ਨਿੱਜੀ ਤੌਰ ਦੇ ਉੱਤੇ ਇੱਕ ਬਹੁਤ ਹੀ ਕਾਬਲੇ ਤਾਰੀਫ ਹੈ, ਉਸਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਸੋ ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ, ਉਸ ਤੋਂ ਬਾਅਦ ਅਸੀਂ ਤੁਹਾਡੇ ਵਿਚਾਰ ਜਿਹੜੇ ਇਸ ਮਾਮਲੇ ਦੇ ਉੱਤੇ, ਕਿਉਂਕਿ ਮਾਮਲਾ ਇਤਨਾ ਗੰਭੀਰ ਹੈ ਕਿ ਇਹ ਘਟਨਾ ਇੱਕ ਐਕਸੀਡੈਂਟ ਹੈ, ਕਿਸੇ ਨਾਲ ਵੀ ਕਦੇ ਵੀ ਵਾਪਰ ਸਕਦਾ ਹੈ। ਜ਼ਰੂਰੀ ਨਹੀਂ ਕਿ ਸਾਡੇ ਨਾਲ ਨਿੱਜੀ ਤੌਰ 'ਤੇ ਸਾਡੇ ਜਾਣ ਪਛਾਣ ਜਾਂ ਹੋਰ ਜਿਹੜੇ, ਕਿਉਂਕਿ ਉਸੇ ਰਸਤੇ ਤੋਂ ਅਸੀਂ ਲੰਘ ਕੇ ਆਉਣਾ ਹੁੰਦਾ ਹੈ। ਸੋ ਇੱਕ ਬ੍ਰੇਕ, ਉਹਦੇ ਬਾਅਦ ਤੁਹਾਡੇ ਵਿਚਾਰਾਂ ਦੀ ਸਾਨੂੰ ਜ਼ਰੂਰਤ ਹੈ। ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਇਹ ਜੋ ਘਟਨਾ ਔਰ ਜੋ ਸਰਕਾਰ ਦਾ ਰੱਦੇ ਅਮਲ, ਉਸ ਦੇ ਉੱਤੇ ਸਰਕਾਰ ਦਾ ਪ੍ਰਤੀਕਰਮ, ਔਰ ਗੁਆਂਢੀ ਮੁਲਕ ਉੱਥੋਂ ਦੇ ਐਕਟੀਵਿਸਟ ਅਨਸਾਰ ਬਰਨੀ ਨੇ ਮਿਲ ਕੇ ਜਿਹੜੀ ਉਹ ਵੱਡੀ ਰਕਮ ਇਕੱਠੀ ਕਰਕੇ ਉਹਨਾਂ ਭਾਰਤੀ ਸੇਲਰਸ ਨੂੰ ਚੁਰਾਉਣ ਵਿੱਚ ਮਦਦ ਕੀਤੀ, ਉਹ ਇੱਕ ਬਹੁਤ ਹੀ ਸ਼ਾਨਦਾਰ ਔਰ ਇੱਕ ਯਾਦਗਾਰੀ ਕੰਮ ਹੈ। ਸੋ ਅਸੀਂ ਤੁਹਾਡੇ ਵਿਚਾਰ ਇਸ ਦੇ ਉੱਤੇ ਲੈਣੇ ਚਾਹੁੰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਮੈਂ ਜੀ ਹਰਦੀਪ ਸਿੰਘ ਬੋਲਦਾ। ਮੁੱਦੇ ਹਮੇਸ਼ਾ ਹੀ ਵਧੀਆ ਹੁੰਦੇ ਆ ਜੀ। ਵੀਰ ਜੀ, ਕਿੱਥੋਂ ਬੋਲ ਰਹੇ ਹੋ ਹਰਦੀਪ ਸਿੰਘ ਜੀ? ਮੈਂ ਜੀ ਕੈਲੀਫੋਰਨੀਆ ਤੋਂ ਜੀ। ਹੁਕਮ ਕਰੋ ਜੀ। ਮੈਂ ਤੁਹਾਨੂੰ
ਕਹਿਣਾ ਚਾਹੁੰਦਾ ਜੀ, ਰਿਕੁਐਸਟ ਕਰਨੀ ਜ਼ਿਆਦਾ ਲੰਬੀ ਨਹੀਂ ਕਰਦਾ। ਹਾਂਜੀ, ਇੱਕ ਆ ਜਿਹੜੇ ਲੈਂਡ ਮਾਫੀਆ ਵਾਲੇ ਜਿਹੜੀਆਂ ਜ਼ਮੀਨਾਂ ਰੁਕ ਜਾਂਦੇ ਆ, ਕੱਲ ਸੁਪਰੀਮ ਕੋਰਟ ਨੇ ਫੈਸਲਾ ਕੀਤਾ, ਇੱਕ ਮੁੱਦਾ ਇੱਥੇ ਵੀ ਲਿਆਓ ਜੀ। ਜ਼ਰੂਰ ਜੀ, ਜ਼ਰੂਰ ਜ਼ਰੂਰ ਲੈ ਕੇ ਆਵਾਂਗੇ ਜੀ, ਜ਼ਰੂਰ ਕੋਸ਼ਿਸ਼ ਕਰਾਂਗੇ ਜੀ। ਬੜੀ ਮਿਹਰਬਾਨੀ ਤੁਹਾਡੀ, ਥੈਂਕ ਯੂ। ਹੈਲੋ, ਤੁਸੀਂ ਟੀਵੀ ਦੀ ਆਵਾਜ਼ ਕੱਟ ਕਰੋਗੇ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਮਨਮੋਹਨ ਸਿੰਘ ਬੋਲ ਰਿਹਾ, ਮੈਂ ਇੱਥੋਂ ਮਿਸ਼ੀਗਨ ਤੋਂ। ਹਾਂਜੀ, ਕੋਈ ਰਿਕੁਐਸਟ ਹੈ ਕਿ ਜਿੱਦਾਂ ਬਰਨੀ ਸਾਹਿਬ ਨੇ ਸਾਡੀ ਹੈਲਪ ਕੀਤੀ ਆ, ਹਾਂਜੀ, ਤੇ ਵੀ ਸ਼ੁੱਡ ਨਾਟ ਸ਼ੋ ਵੈਰੀ ਪੂਅਰ ਔਨ ਦਿਸ ਅਕਾਊਂਟ, ਔਰ ਉਹਨਾਂ ਦਾ ਬਣਦਾ ਹਿਸਾਬ 30% ਤੱਕ ਇਕੱਠਾ ਕਰਕੇ ਦੇਣਾ ਚਾਹੀਦਾ ਇੰਡੀਅਨ ਨੂੰ। ਦੇਖੋ ਬੇਟਾ, 21 ਦੇ ਹਿਸਾਬ ਨਾਲ ਬੜੀ ਵੱਡੀ ਗੱਲ ਹੈਗੀ ਹੈ, ਇਹਦੇ 'ਚ ਹਿਸਾਬ ਲੇਖਾ ਤਾਂ ਹੋ ਹੀ ਨਹੀਂ ਸਕਦਾ ਉਹਨਾਂ ਨੇ ਜਿਹੜਾ ਕੰਮ ਕੀਤਾ। ਹਾਲਾਂਕਿ ਅਸੀਂ ਉਹਨਾਂ ਦਾ ਮੁੱਲ ਨਹੀਂ ਧਾਰ ਸਕਦੇ, ਇਹ ਸੋ ਕੰਪੈਸ਼ਨੇਟ ਜੀ, ਔਰ ਈਵਨ ਇੰਟਰਨੈਸ਼ਨਲੀ ਕਿ ਇੰਡੀਆ ਵਾਲਿਆਂ ਦੀ ਵੀ ਉਹਨੇ ਹੈਲਪ ਕੀਤੀ ਆ, ਸਾਨੂੰ ਤਾਂ 50% ਦੇਣਾ ਚਾਹੀਦਾ। ਚਲੋ 50 900 6/21 ਜੀ, ਬਹੁਤ ਦੋ ਸਮਝ 30% ਬਣਦਾ, 30 ਲੱਖ ਜਾਂ ਜੋ ਵਟ ਐਵਰ, ਨਹੀਂ ਉਹਨਾਂ ਦੀ 7 ਲੱਖ ਰੁਪਈਆ ਸਾਰਾ ਬਣਦਾ ਹੈ ਤਾਂ ਜੀ, ਮਤਲਬ ਉਹ $1,00,000 ਜੀ। ਨਹੀਂ, ਉਹਨਾਂ ਦੀ ਭਾਵਨਾ ਜਿਹੜੀ ਹੈ ਨਾ ਉਹ ਇਸ ਤੋਂ ਪ੍ਰਗਟ ਹੋਈ। ਹਾਂ ਯੈਸ, ਉਹ ਤਾਂ ਸ਼ਖੈਰ, ਦੈਟ ਇਜ਼, ਉਹ ਤਾਂ ਉਹਨਾਂ ਨੂੰ ਐਪਰੀਸੀਏਸ਼ਨ ਲੈਟ ਸੈਪਰੇਟ ਜਾਵੇ ਨਾ ਜੀ, ਜਿਨ੍ਹਾਂ ਦੀਆਂ ਫੈਮਿਲੀਜ਼ ਵੱਲੋਂ, ਜਾਂ ਈਵਨ ਗਵਰਨਮੈਂਟ ਨੂੰ, ਇਹ ਐਨ ਜੀ ਓ ਸ਼ੁੱਡ ਕਮ ਫਾਰਵਰਡ ਟੂ ਟੇਕ ਕੇਸ ਅਗੇਂਸਟ ਗਵਰਨਮੈਂਟ ਆਫ ਇੰਡੀਆ ਕਿ ਲੋਕੀ ਆਰ ਯੂਅਰ ਸੋਰਸ ਇਨਡਿਫਰੈਂਟ ਟੂ ਦੀ ਫੈਮਿਲੀਜ਼ ਆਫ ਯੂਅਰ ਓਨ ਇੰਡੀਅਨਸ, ਜਿਨ੍ਹਾਂ ਦੇ ਪਾਸਪੋਰਟ ਦੇ ਉੱਪਰ ਤੁਸੀਂ ਲਿਖਦੇ ਆ ਪ੍ਰੈਜ਼ੀਡੈਂਟ ਤੁਹਾਡਾ ਰਿਕੁਐਸਟ ਕਹਿੰਦੇ ਆਰਡਰ ਕਰਦਾ ਕਿ ਇਹਦੀ ਉਹ ਕਰੋ, ਇਹਦੀ ਉਹ ਕਰੋ ਜੀ, ਤੇ ਉਹਨੂੰ ਓਨਰ ਕਰਨ ਲਈ ਪੀ ਏ ਐਲ ਕੈਨ ਬੀ, ਆਈ ਥਿੰਕ ਐਨੀ ਕੋਰਟ ਆਫ ਲਾ ਵਿਲ ਐਂਟਰਟੇਨ ਸੱਚ ਏ ਪੀ ਏ ਐਲ ਜੀ, ਬਹੁਤ ਐਂਡ ਦਿਸ ਮਚ ਆਫ 10 ਲੈਕਸ ਇਜ਼ ਨਾਟ ਏ ਮਚ ਅਮਾਊਂਟ ਜੀ, ਬਹੁਤ ਅੱਛੇ ਵਿਚਾਰ ਹੈ। ਸੱਤੀ ਮਿਲ ਜਾਵੇ ਤੇ ਉਹਨਾਂ ਨੂੰ ਸੈਪਰੇਟਲੀ ਗਵਰਨਮੈਂਟ ਉਹਨਾਂ ਦਾ ਥੈਂਕਸ ਕਰੇ, ਫੋਰਨ ਮਿਨਿਸਟਰੀ ਜੀ। ਥੈਂਕ ਯੂ ਸਰ ਜੀ, ਸ਼ੁਕਰੀਆ, ਬਹੁਤ ਬਹੁਤ ਤੁਹਾਡੇ ਵਿਚਾਰ ਬਹੁਤ ਅੱਛੇ ਹੈ, ਔਰ ਤੁਹਾਨੂੰ ਵੀ ਇੱਥੋਂ ਵੀ ਜਿਹੜੀਆਂ ਸੰਸਥਾਵਾਂ ਹੈ ਉਸ ਨੂੰ ਰੈਕੋਗਨਾਈਜ਼ ਜ਼ਰੂਰ ਕਰਨਾ ਚਾਹੀਦਾ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਇੱਕ ਸਵਾਲ ਪੁੱਛਣਾ ਸੀ ਜੀ। ਜੀ, ਕੌਣ ਬੋਲ ਰਹੇ ਹੋ ਵੀਰ ਜੀ? ਮੈਂ ਇੱਥੋਂ ਸ਼ਮਸ਼ੇਰ ਰੰਧਾਵਾ ਬੋਲਦਾ ਜੀ। ਕਿੱਥੋਂ ਵੀਰ ਜੀ? ਮਲਵਾਕੀ ਤੋਂ। ਹਾਂਜੀ ਹਾਂਜੀ, ਹੁਕਮ ਕਰੋ। ਸਵਾਲ ਇਹ ਹੈ ਜੀ, ਜਿੰਨੇ ਵੀ ਆਪਣੇ ਬੰਦੇ ਬਾਹਰਲੇ ਕੰਟਰੀਆਂ ਦੇ ਵਿੱਚ ਬੈਠੇ ਆ ਜੀ, ਉਹ ਪੈਸੇ ਕਮਾ ਕੇ ਆਪਣੇ ਪਰਿਵਾਰਾਂ ਨੂੰ ਵੀ ਭੇਜਦੇ ਇੰਡੀਆ, ਤੇ ਇਹਦੇ ਵਿੱਚ ਇੰਡੀਆ ਗਵਰਨਮੈਂਟ ਨੂੰ ਉਹਦਾ ਕੋਈ ਫਾਇਦਾ ਨਹੀਂ ਹੁੰਦਾ, ਇੰਨੀ ਕਰੰਸੀ ਇਹਨਾਂ ਦੀ ਕਮਾਈ ਹੋਈ ਇੰਡੀਆ ਜਾਂਦੀ ਹੈ। ਜੀ 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 ਜੀ, ਠੀਕ ਹੈ, ਠੀਕ ਕਹਿ ਰਹੇ ਹੋ ਤੁਸੀਂ, ਬਿਲਕੁਲ ਉਹਦੀ ਇਕਾਨਮੀ 'ਚ ਬੜਾ ਵੱਡਾ ਰੋਲ ਹੈ ਹਿੰਦੁਸਤਾਨ ਦੀ। ਇਹਦੇ ਵਿੱਚ ਗਵਰਨਮੈਂਟ ਨੂੰ ਕੋਈ ਮਹਿਸੂਸ ਨਹੀਂ ਹੁੰਦਾ ਵੀ ਇਹ ਜਿੰਨੇ ਲੋਕੀ ਬਾਹਰ ਕੰਮ ਕਰਕੇ ਉੱਥੇ ਪੈਸਾ ਇਨਵੈਸਟ ਕਰ ਰਹੇ ਜਾਂ ਭੇਜ ਰਹੇ ਭਾਵੇਂ ਆਪਣੇ ਪਰਿਵਾਰਾਂ ਨੂੰ ਹੀ ਜੀ ਜੀ, ਆਈ ਡੋਂਟ ਕੇਅਰ ਅਬਾਊਟ ਇਟ ਜੀ ਜੀ। ਪਰ ਚਲੋ ਦੇਖੋ, ਹੁਣ ਤੁਹਾਨੂੰ ਸਾਡਾ ਮਕਸਦ ਵੀ ਇਹੀ ਸੀ ਕਿ ਇਹ ਜਿਹੜਾ ਇੱਕ ਮੁੱਦਾ ਹੈ ਔਰ ਇਤਨੀ ਵੱਡੀ ਇੱਕ ਇਸ਼ੂ ਹੈ ਜਿਹਦੇ 'ਚ ਕਾਫੀ ਇਹਦੇ ਕਾਨੂੰਨੀ ਪੱਖ ਵੀ ਹੈ, ਆਰਥਿਕ ਪੱਖ ਵੀ ਹੈ, ਔਰ ਸਭ ਤੋਂ ਵੱਡਾ ਇਖਲਾਕੀ ਪੱਖ ਹੈ ਕਿ ਜਿਹੜੇ ਬੰਦੇ ਬਾਹਰ ਗਏ ਉਹਨਾਂ ਦੀ ਮਦਦ ਜ਼ਰੂਰ ਹੋਣੀ ਚਾਹੀਦੀ ਸੀ, ਨਹੀਂ ਹੋਈ ਹੈਗੀ, ਔਰ ਇਸ ਦੇ ਲਈ ਜੋ ਹੋਇਆ ਹੈ ਉਹ ਤੁਹਾਡੇ ਸਾਹਮਣੇ ਹੈ, ਤਾਂ ਤੁਹਾਡੇ ਵਿਚਾਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਜੀ। ਸੋ ਜੀ, ਸੋ ਇਹ ਬਹੁਤ ਹੀ ਅਹਿਮ ਜਿਹੜਾ ਸਵਾਲ ਸੀਗਾ, ਔਰ ਜਿਸ ਦੇ ਉੱਤੇ ਜਿਵੇਂ ਅਸੀਂ ਆਪ ਨੂੰ ਭਰਪੂਰ ਜਾਣਕਾਰੀ ਦਿੱਤੀ ਹੈ ਔਰ ਬਹੁਤ ਹੀ ਵਿਸਥਾਰ ਸਹਿਤ ਗਜਿੰਦਰ ਸਿੰਘ ਜੀ ਨੇ ਵੀ ਦੱਸਿਆ ਕਿ ਇਹ ਕਿਸ ਤਰੀਕੇ ਦੇ ਨਾਲ ਦੂਸਰੇ ਮੁਲਕ ਦੇ, ਗੁਆਂਢੀ ਮੁਲਕ ਦੇ ਇੱਕ ਐਕਟਿਵਿਸਟ ਨੇ ਮਦਦ ਕੀਤੀ ਔਰ ਉਹਨਾਂ ਨੇ ਆਪਣੇ ਮੁਲਕ ਦੇ ਵਿੱਚੋਂ, ਪਾਕਿਸਤਾਨ ਦੇ ਵਿੱਚੋਂ ਪੈਸੇ ਇਕੱਠੇ ਕੀਤੇ। ਸਿੰਧ ਦੇ ਗਵਰਨਰ ਨੇ ਵੀ ਮਦਦ ਕੀਤੀ ਔਰ ਉਹ ਜਿਹੜੀ ਰੈਨਸਮ ਸੀ, ਜਿਹੜੀ ਫਿਰੌਤੀ ਦੀ ਰਕਮ ਸੀ ਜਿਹੜੇ ਉਹ ਸਮੁੰਦਰੀ ਡਾਕੂ ਮੰਗ ਰਹੇ ਸੀ, ਉਹ ਇਕੱਠੀ ਕਰਕੇ ਉਹਨਾਂ ਨੇ ਦੇ ਕੇ ਉਹਨਾਂ ਬੰਦਿਆਂ ਨੂੰ ਛੁਡਾਇਆ। ਔਰ ਉਸ ਦੇ ਬਾਅਦ ਉਹ ਬੰਦੇ ਜਦੋਂ ਰਿਹਾ ਹੋਇਆ, ਉਹ ਜਹਾਜ਼ ਰਿਹਾ ਹੋਇਆ, ਉਸ ਦੇ ਉੱਤੇ ਦੁਬਾਰਾ ਫਿਰ ਹਮਲਾ ਕੀਤਾ ਗਿਆ। ਇਸ ਵਾਰ ਵੀ ਉਹਨਾਂ ਨੇ ਖੁਦ ਹੀ, ਉਹਨਾਂ ਸੇਲਰਸ ਨੇ ਖੁਦ ਹੀ ਉਹਨਾਂ ਦਾ ਮੁਕਾਬਲਾ ਕੀਤਾ ਔਰ ਆਪਣਾ ਬਚਾਅ ਖੁਦ ਹੀ ਕੀਤਾ। ਭਾਰਤ ਦੀ ਨੌਸੈਨਾ, ਭਾਰਤ ਦੀ ਜਿਹੜਾ ਬੈਰੀ ਬੇੜਾ ਹੈ, ਉਹ ਉੱਥੇ ਮੌਜੂਦ ਸੀ, ਪਰ
ਉਹਨਾਂ ਵੱਲੋਂ ਮਦਦ ਨਾ ਮਿਲਣੀ, ਇਹ ਦੋਨੋਂ ਇੱਕ ਐਕਸਟ੍ਰੀਮ ਸਟੈਪ ਕਹੇ ਜਾ ਸਕਦੇ ਹਨ। ਹੈਲੋ, ਹਾਂਜੀ ਸਾਹਿਬ, ਹਾਂਜੀ ਰਾਜਕੁਮਾਰ ਜੀ, ਕੀ ਹਾਲ ਹੈ ਤੁਹਾਡਾ? ਹਾਂਜੀ ਬਿਲਕੁਲ ਠੀਕ ਹੈ ਜੀ, ਤੁਸੀਂ ਬਹੁਤ ਮੁੱਦਾ ਵਧੀਆ ਲੈ ਆਏ ਹੋ ਜੀ। ਇੱਕ ਇੰਡੀਆ ਸਮਝੋ ਇੱਕ ਪਾਵਰ ਹੋਵੇ, ਨੇਵੀ ਦੀ ਬਹੁਤ ਵੱਡੀ ਪਾਵਰ ਹੋਵੇ ਜੀ, ਜਾਨ ਦੀ ਬਾਜ਼ੀ ਲਗਾ ਦਿੰਦੇ ਹੋ ਕਿੰਨੇ ਹੀ ਲੋਕ। ਮੈਂ ਇਹ ਕਹਾਂਗਾ ਕਿ ਸਾਡੀ ਇੰਡੀਆ ਦੀ ਗਵਰਨਮੈਂਟ ਨੂੰ ਜਾਗਣਾ ਚਾਹੀਦਾ, ਇੰਡੀਅਨ ਸਿਟੀਜ਼ਨ ਦੀ ਕੀ ਵੈਲਿਊ ਆ ਉਹਨਾਂ ਵਾਸਤੇ। ਮੈਂ ਕਹਿੰਦਾ ਬੜਾ ਸ਼ਰਮਨਾਕ ਗੱਲ ਆ, ਸਾਡੀ ਗਵਰਨਮੈਂਟ ਵਾਸਤੇ ਬਹੁਤ ਸ਼ਰਮਨਾਕ ਗੱਲ ਆ ਕਿ ਸਾਡਾ ਸੂਰੀ ਵਿਹੜਾ ਉੱਥੇ ਵੀ ਹੈ ਜੀ, ਹੁੰਦੇ ਹੋਏ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ, ਕਿਉਂਕਿ ਦੋ ਦੋ ਸਾਲ ਸਾਡੇ ਉੱਥੇ ਚਾਹੇ ਉਹ ਕਿਸੇ ਵੀ ਮਾਮਲੇ ਵਿੱਚ ਹੈ, ਚਾਹੇ ਪ੍ਰਾਈਵੇਟ ਸਾਡੇ ਹੈਗੇ ਆ ਹੈਗੇ ਆ ਕੰਪਨੀਜ਼ ਦੇ ਸ਼ਿਫਟ ਹੈਗੇ ਕੋਈ ਵੀ ਹੈਗੇ ਆ, ਉਹਨਾਂ ਨੂੰ ਪੂਰੇ ਐਕਸ਼ਨ ਦੇ ਵਿੱਚ ਆਉਣਾ ਚਾਹੀਦਾ ਸੀ। ਸਾਡੇ ਨਾਗਰਿਕ ਜਿਹੜੇ ਉਹਨਾਂ ਦੀ ਕੋਈ ਵੈਲਿਊ ਜਿਹੜੀ ਹੈ ਉਹਨਾਂ ਦੀ ਵੈਲਿਊ ਉਹਨਾਂ ਦੇ ਅਮੈਰੀਕਨ ਨਾਗਰਿਕਾਂ ਦੇ ਬਰਾਬਰ ਹੀ ਹੈ, ਤੇ ਉਹਨਾਂ ਦੀ ਜ਼ਿੰਦਗੀਆਂ ਦਾ ਦੋ ਦੋ ਸਾਲ ਡੁੱਲਦੀਆਂ ਰਹਿਣ ਉੱਥੇ ਸਮਾਲੀਆਂ ਦੇ ਵਿੱਚ। ਸਮਾਲੀਆਂ ਪਾਇਆ ਸਾਡੀ ਇੰਡੀਅਨ ਗਵਰਨਮੈਂਟ ਦੇ ਅੱਗੇ ਕੀ ਸਾਨੂੰ ਸਾਡੇ ਵਿੱਚ ਪਾਉਣ ਦੀ ਸ਼ਕਤੀ ਹੈ ਨਹੀਂ ਸਕਦਾ ਨਹੀਂ ਜੀ ਜੀ ਪਤਾ ਵੀ ਹੈ ਕੋਈ, ਅਤੇ ਮੈਨੂੰ ਇਹ ਅਫਸੋਸ ਹੈ ਇਸ ਗੱਲ ਦਾ। ਬਾਕੀ ਮੈਂ ਇੱਕ ਹੋਰ ਕਹਾਂਗਾ ਕਿ ਮੈਂ ਤੁਸੀਂ ਮੁੱਦੇ ਕੁਛ ਐਸੇ ਲਿਆਇਆ ਕਰੋ ਜਿਹੜੇ ਕਿ ਤੁਹਾਨੂੰ ਅਸੀਂ ਲੋਕ ਜਿਹੜੇ ਕਿ ਅਸੀਂ ਵੇਖਦੇ ਹਾਂ ਰੋਜ਼, ਅਸੀਂ ਤੁਹਾਨੂੰ ਬਹੁਤ ਮਤਲਬ ਅਸੀਂ ਵਿੱਚ ਅਸੀਂ ਕਹੀਏ ਕਿ ਇਹ ਜਿਹੜਾ ਹੈਗਾ ਭਗਦਾ ਮੁੱਦਾ ਇਹ ਲੈ ਕੇ ਆਓ ਜੀ, ਨਹੀਂ ਇਹ ਮੈਂ ਕਹਾਂਗਾ, ਪਹਿਲਾਂ ਵੀ ਕਹਿੰਦਾ ਆਇਆ ਅਤੇ ਹੁਣ ਫਿਰ ਹੀ ਕਹਾਂਗਾ ਕਿ ਜਿੱਥੇ ਸਾਡੇ ਅਸੀਂ ਸਰੋਤੇ ਹਾਂ ਜੀ, ਉਹ ਮੁੱਦੇ ਲਿਆਇਆ ਕਰੋ ਜਿੱਥੇ ਕਿ ਸਾਡੀ ਵੀ ਕੁਛ ਪੁੱਛ ਪੜਤਾਲ ਹੋਵੇ ਜੀ, ਅਤੇ ਸਾਨੂੰ ਵੀ ਸਾਡੀ ਸਲਾਹ ਹੋਵੇ ਕਿ ਸਲਾਮਾ ਸਾਹਿਬ ਆਹ ਮੁੱਦਾ ਲਿਆਂਦਾ ਜਾਵੇ ਤਾਂ ਕਿਉਂ ਨਾ ਅੱਛਾ ਹੋਵੇ। ਠੀਕ ਹੈ, ਸੋ ਤੁਹਾਡੇ ਵਿਚਾਰ ਬੜੇ ਜੀ ਆਇਆਂ ਨੂੰ। ਬਾਕੀ ਸਾਡੀ ਜਿਹੜੀ ਜਿਤਨੇ ਕੁ ਵੀ ਅਸੀਂ ਮੁੱਦੇ ਲੈ ਕੇ ਆਈਦੇ ਆ ਉਹਨਾਂ ਦੀ ਰਿਸਪੋਂਸ ਦੇਖ ਕੇ ਹੀ ਫਿਰ ਉਸੇ ਆਧਾਰ ਦੇ ਉੱਤੇ ਅਸੀਂ ਹੋਰ ਉਹ ਸਬਜੈਕਟ ਉਹ ਵਿਸ਼ੇ ਅਸੀਂ ਲੈ ਕੇ ਆਉਂਦੇ ਹਾਂ ਜਿਨ੍ਹਾਂ ਦੀ ਸਰੋਤਿਆਂ ਵੱਲੋਂ ਦਰਸ਼ਕਾਂ ਵੱਲੋਂ ਜਿਹਦੀ ਮੰਗ ਹੁੰਦੀ ਹੈ ਜਾਂ ਜਿਹਦੇ 'ਚ ਉਹਨਾਂ ਦਾ ਇੰਟਰਸਟ ਹੁੰਦਾ। ਔਰ ਜਿਤਨੇ ਕੁ ਵੀ ਮੁੱਦੇ ਇਸ ਪ੍ਰੋਗਰਾਮ ਵਿੱਚ ਲਿਆਂਦੇ ਗਏ ਹਨ ਉਸੇ ਆਧਾਰ ਦੇ ਉੱਤੇ ਲਿਆਂਦੇ ਗਏ ਹਨ। ਬਹੁਤ ਬਹੁਤ ਧੰਨਵਾਦ। ਹੈਲੋ ਹੈਲੋ ਹਾਂਜੀ ਵਾਹਿਗੁਰੂ ਸਾਹਿਬ ਵਾਹਿ ਫਤਿਹ ਜੀ, ਵਾਹਿਗੁਰੂ ਜੀ ਕੀ ਫਤਿਹ। ਭਸੀਨ ਸਾਹਿਬ ਕੀ ਹਾਲ ਹੈ ਤੁਹਾਡਾ? ਠੀਕ ਹੈ, ਠੀਕ ਠਾਕ ਹੈ ਜੀ ਜੀ। ਇਹ ਮਤਾ ਜਿਹੜਾ ਹੈਗਾ ਕਿ ਇਹ ਪਹਿਲਾ ਜਹਾਜ਼ ਤੇ ਹੈ ਨਹੀਂ ਜੀ, ਕਿੰਨੇ ਜਹਾਜ਼ ਅੱਗੇ ਵੀ ਉਹਨਾਂ ਲੁਟੇਰਿਆਂ ਨੇ ਲੁੱਟੇ ਜੀ ਔਰ ਪੈਸੇ ਲਏ ਜੀ, ਪੈਸੇ ਲੈ ਕੇ ਉਹ ਉਹਨਾਂ ਦੀ ਆਦਤ ਖਰਾਬ ਹੁੰਦੀ ਜਾ ਰਹੀ ਹੈ, ਉਹਦਾ ਉਹਦੇ ਨਾਲ ਅਸਲਾ ਖਰੀਦੇ ਤੇ ਉਹ ਫਿਰ ਜਹਾਜ਼ ਪੱਕਾ ਕਬਜ਼ੇ ਚ ਲੈਂਦੇ ਪਏ। ਔਰ ਇਸੇ UN ਨੂੰ ਇਹਦੇ ਚ ਹੱਥ ਰਹਿਣਾ ਚਾਹੀਦਾ ਕਿ ਜਿਸ ਨਾਲ ਕਿ ਕੋਈ ਐਸਾ ਲਾਭ ਬਣਾਉਣਾ ਚਾਹੀਦਾ ਕਿ ਜਿਹੜਾ ਕਿ ਇਸ ਤਰ੍ਹਾਂ ਜਹਾਜ਼ ਜਿਹੜੇ ਪਕੜੇ ਜਾਂਦੇ ਹਨ ਤੇ ਉਹ ਗਰੀਬ ਮੁਲਕ ਜ਼ਰੂਰ ਹੈ ਪਰ ਹਾਂ ਇਹ ਸਾਰੇ ਜਿਹੜੇ ਬਨਵਾਸ ਟਾਈਪ ਦੇ ਹੈ ਨਾ ਲੋਕ ਉੱਥੇ ਜੀ ਬੜੇ ਸਮਝ ਗਏ, ਇਹਨਾਂ ਨੇ ਸਾਰਾ ਕੁਛ ਕੀਤਾ। ਇੱਕ ਅੱਗੇ ਵੀ ਪਕੜ ਕੇ ਲਿਆਏ ਵੀ ਸਾਡੇ ਜਿਹੜੇ ਨੇਵੀ ਵਾਲੇ ਸਨ, ਇੰਡੀਅਨ ਨੇਵੀ ਵਾਲੇ ਉਹ ਵੀ ਪਕੜ ਕੇ ਲਿਆਏ ਸਨ ਇਹਨਾਂ ਦੇ ਆਦਮੀ ਜਿਹੜੇ ਜਿਹੜੇ ਡਾਕੂ ਸਨ, ਪਰ ਇਹ ਜਿਹੜਾ ਕਿ ਇਹ UN ਚ ਕੁਐਸਚਨ ਹੋਣਾ ਚਾਹੀਦਾ ਕਿ ਜਿਸ ਤਰ੍ਹਾਂ ਕਿ ਹਰ ਇੱਕ ਦੇਸ਼ ਦਾ ਉਹਦੇ ਸਮਰਥਾ ਹੋਣੀ ਚਾਹੀਦੀ ਹੈ, ਜਿਹੜਾ ਕਰੇ ਉਹਨੂੰ ਦੰਡ ਦਿੱਤਾ ਜਾਣਾ ਚਾਹੀਦਾ। ਠੀਕ ਹੈ, ਸੋ ਬਹੁਤ ਬਹੁਤ ਧੰਨਵਾਦ, ਸਮਾਂ ਇਜਾਜ਼ਤ ਨਹੀਂ ਦਿੰਦਾ, ਅੱਜ ਦਾ ਪ੍ਰੋਗਰਾਮ ਇਸ ਮੁਕਾਮ 'ਤੇ ਸਾਨੂੰ ਸਮਾਪਤ ਕਰਨਾ ਪੈਣਾ। ਤੁਸੀਂ ਸਾਨੂੰ ਆਪਣੇ ਵਿਚਾਰ ਈਮੇਲ ਕਰ ਸਕਦੇ ਹੋ info@justpunjabi.com lamba@justpunjabi.com ਔਰ ਇੱਕ ਹੋਰ ਪ੍ਰੋਗਰਾਮ ਲੈ ਕੇ ਕੱਲ੍ਹ ਸ਼ਾਮ ਨੂੰ 8:30 ਈਸਟਰਨ ਟਾਈਮ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਇਜਾਜ਼ਤ ਦਿਓ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ।